ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ ਨੂੰ ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀ ਹੈ ਸਵੇਰ ਦੀਆਂ ਤਾਜ਼ਾ ਤਰੀਨਾਬਾਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਮਾਈਨਿੰਗ ਮਾਮਲੇ ਤੇ ਸਿੱਧੂ ਨੇ ਚੁੱਕੇ ਸਵਾਲ ਕਿਹਾ ਝੂਠ ਬੋਲਣ ਦੇ ਮਾਮਲੇ ਚ ਸੁਖਬੀਰ ਨੂੰ ਵੀ ਪਛਾੜ ਕੇ ਕੇਜਰੀਵਾਲਾ শিক্ষা ਸੁਧਾਰ ਤੇ ਰਾਤ ਸੀএম ਮਾਨ ਸੱਤ ਮਈ ਨੂੰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਨਾਲ ਕਰਨਗੇ ਮੀਟਿੰਗ ਰਵਨੀਤ ਬਿੱਟੂ ਦਾ ਵੱਡਾ ਬਿਆਨ ਰਾਜਵਾਲਾ ਦੇ ਜੇਲ੍ਹੋਂ ਬਾਹਰ ਆਉਂਦੇ ਹੀ ਵਿਗੜੇਗਾ ਪੰਜਾਬ ਦਾ ਮਾਹੌਲ ਗਰਮੀ ਤੋਂ ਮਿਲੇਗੀ ਰਾਹਤ ਪੰਜਾਬ 'ਚ ਅਗਲੇ 2 ਦਿਨ ਮੀਂਹ ਤੇ ਧੂੜ ਭਰੀਆਂ ਹਵਾਵਾਂ ਚੱਲਣ ਦੇ ਆਸਾਰ ਪੰਜਾਬ ਸਰਕਾਰ ਇਸ ਸਾਲ ਮੂੰਗੀ ਮੱਕੀ ਸੂਝਮੱਕੀ ਬਾਜਰੀ ਦੇ ਦੇਵੇਗੀ ਐਮਐਸਪੀ ਭਗਵੰਤ ਮਾਨ ਪੰਜਾਬ ਚ ਡੂੰਗਾ ਹੋਇਆ ਬਿਜਲੀ ਸੰਗਠਨ ਰੋਪਨਗਰ ਪਲਾਟ ਦਾ ਇੱਕ ਯੂਨਿਟ ਮੁਰੰਦ ਬੰਦ ਲੱਗ ਰਹੇ 4 ਤੋਂ 6 ਘੰਟੇ ਦੇ ਘਟ ਮਹਿੰਗਾਈ ਤੋਂ ਥੋੜੀ ਰਾਹਤ ਸਰਵ ਦਾ ਤੇਲ ਹੋਇਆ ਸਸਤਾ ਸੋਇਆਬੀਨ ਤੇਲ ਦੀਆਂ ਕੀਮਤਾਂ ਵੀ ਡਿੱਗੀਆਂ ਜਾਣੋ 1 ਲੀਟਰ ਤੇਲ ਦਾ ਤਾਜ਼ਾ ਕੀਮਤ ਸਰਕਾਰ ਬੰਦ ਕਰੇਗੀ ਫਾਸਟੈਗ ਨੈਵੀਗੇਸ਼ਨ ਸਿਸਟਮ ਤੋਂ ਵਸੂਲਿਆ ਜਾਵੇਗਾ ਟੋਲ ਟੈਕਸ ਪੀਐਨਬੀ ਨੇ ਕੱਢੀਆਂ 145 ਭਾਰਤੀਆਂ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 7 ਮਈ ਛੇਤੀ ਕਰਵਾ ਬਲਾਈ ਖੁਸ਼ ਖਬਰੇ ਪੰਜਾਬ ਚ ਮਿਲਣਗੀਆਂ ਸਰਕਾਰੀ ਨੌਕਰੀਆਂ ਜਾਣੋ ਕਿਸ ਭਾਗ ਵਿੱਚ ਕਿੰਨੀਆਂ ਅਸਾਮੀਆਂ ਰਜਿਸਟਰੀ ਕਰਵਾਉਣ ਵਾਲੇ ਲਈ ਅਹਿਮ ਖਬਰ ਪਟਵਾਰੀਆਂ ਤੇ ਕਾਨਗਵਾਣੀ ਕੀਤਾ ਇਹ ਐਲਾਨ ਸਰਕਾਰੀ ਮੁਲਾਇਮਾਂ ਲਈ ਖੁਸ਼ ਖਬਰੇ ਪੰਜਾਬ ਸਰਕਾਰ ਨੇ ਕੋਵਿਡ ਕਾਰਨ ਬੰਦ ਕੀਤੀ ਸਹੂਲਤ ਮੁੜ ਕੀਤੀ ਸ਼ੁਰੂ ਉਹ ਵੱਡੀ ਖਬਰ ਸਕੂਲਾਂ ਚ ਹੁਣ ਤੀਜੀ ਪੰਜਵੀਂ ਤੇ 8ਵੀਂ ਦੀ ਵੀ ਹੋਵੇਗੀ ਬੋਰਡ ਵਾਂਗ ਪ੍ਰੀਖਿਆ ਕਿਸ ਜਾਨਾ ਤੋਂ 1 ਪੁਆਇੰਟ ਪੰਚਾਹ ਰੁਪਏ ਯਾਨੀ ਕਿ 1.5 ਰੁਪਏ ਦੇ ਹਿਸਾਬ ਨਾਲ ਗਾਂ ਦਾ ਗੋਹਾ ਖਰੀਦੇਗੀ ਸਰਕਾਰ ਤਾਂ ਦੋਸਤੋ ਇਹ ਸੀਗੀਆਂ ਆਪਣੀ ਇਸ ਵੇਲੇ ਦੀਆਂ ਚੌਣਵੀਆਂ ਖਬਰਾਂ ਹੁਣ ਗੱਲਬਾਤ ਕਰਦੇ ਨੇ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਉਸ ਤੋਂ ਪਹਿਲਾਂ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲੈਣ ਤਾਂ ਕਿ ਜਿਹੜੀਆਂ ਅਸੀਂ ਨਵੀਆਂ ਖਬਰਾਂ ਪਾਇਆ ਕਰਾਂਗੇ ਉਹਦੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੂਗੀ ਤਾਂ ਦੋਸਤੋ ਸ਼ੁਰੂਆਤ ਕਰਦੇ ਹਾਂ ਜਿਸ ਵੇਲੇ ਦੀ ਪਹਿਲੀ ਵੱਡੀ ਖਬਰ ਦੀ ਕੇ ਮਾਈਨਿੰਗ ਮਾਮਲੇ ਤੇ ਸਿੱਧੂ ਨੇ ਚੁੱਕੇ ਸਵਾਲ ਕਿਹਾ ਝੂਠ ਬੋਲਣ ਦੇ ਮਾਮਲੇ 'ਚ ਸੁਖਬੀਰ ਨਵੀਂ ਪਛਾਰ ਗਏ ਕੇਜਰੀਵਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੱਲ ਅੰਮ੍ਰਿਤਸਰ ਵਿੱਚ ਲੋਕਾਂ ਅਤੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਤੇ ਪੰਜਾਬੀਆਂ ਨਾਲ ਜੁੜੇ ਮਸਲਿਆਂ ਤੇ ਚਰਚਾ ਕੀਤੀ ਜਿਸ ਵਿੱਚ ਸਿੱਧੂ ਨੇ ਰੇਤ ਮਾਈਨਿੰਗ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਆਪ ਸਰਕਾਰ ਨੂੰ ਘੇਰਿਆ ਆਪ ਸੁਪਰੀਮੋ ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿ ਹੈ ਕਿ ਝੂਠ ਬੋਲਣ ਦੇ ਮਾਮਲੇ 'ਚ ਕੇਜਰੀਵਾਲੇ ਸੁਖਬੀਰ ਨਵੀਂ ਪਛਾਰ ਦਿੰਦਾ ਹੈ ਇੱਕ ਮਹੀਨਾ ਪਹਿਲਾਂ ਰੇਤੇਦਾਰ ਰੇਟ ਇੱਕ ਟਰਾਲੀ ਦਾ 8800 ਰੁਪਏ ਸੀ ਹੁਣ ਆਪ ਦੀ ਸਰਕਾਰ ਆਉਣ ਤੋਂ ਬਾਅਦ ਦੇਤਾ 3000 ਰੁਪਏ ਤੋਂ 16000 ਰੁਪਏ ਹੋ ਗਏ ਰੇਤ ਦੇ ਭਾਅ ਵਧਨ ਕਰ ਸਾਰਾ ਕੰਮ ਠੱਪ ਹੋ ਕੇ ਰਹਿ ਗਿਆ ਉਹਨਾਂ ਕਿਹਾ ਕਿ ਰੇਤ ਵੱਜੇ ਨਾਲ ਸੰਬੰਧ ਮਜ਼ਦੂਰ ਬੇਰੁਜ਼ਗਾਰ ਹੋ ਗਏ ਨੇ ਨਵਜੋ ਸਿੰਘ ਸਿੱਧੂ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਚੁਣੌਤੀ ਦਿੱਤੇ ਹਨ ਕਿ ਜਦੋਂ ਜਦੋਂ ਤੱਕ ਤੁਸੀਂ ਠੇਕੇਦਾਰੀ ਖਤਮ ਨਹੀਂ ਕਰਦੇ 200 ਕਰੋੜ ਰੁਪਏ ਕਢਵਾ ਕੇ ਦਿਖਾਓ 15 ਸਾਲ ਅਕਾਲੀ ਅਤੇ ਕਾਂਗਰਸ ਸਰਕਾਰ ਮਿਲ ਕੇ 200 ਕਰੋੜ ਨਹੀਂ ਕਰ ਸਕੇ ਤੁਸੀਂ 20000 ਕਰੋੜ ਦੀ ਗੱਲ ਕਰਦੇ ਹੋ ਜਦੋਂ ਤੱਕ ਤੁਹਾਡੀ ਨੀਤੀ ਨਹੀਂ ਆਉਂਦੀ ਉਦੋਂ ਤੱਕ ਪੰਜਾਬ ਨੂੰ ਬਰਬਾਦ ਕਰਦੇ ਰਹੋਗੇ ਜਦੋਂ ਸਭ ਕੁਝ ਖਤਮ ਹੋ ਜਾਵੇਗਾ ਤਦ ਤੁਸੀਂ ਕੀ ਕਰੋਗੇ ਸਿੱਖਿਆ ਸੁਧਾਰ ਦੇ ਰਾਤੇ ਸੀਐਮ ਮਾਨ ਸੱਤ ਮਹੀਨੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨਾਲ ਕਰਨਗੇ ਮੀਟਿੰਗ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਦੌਰੇ ਦੌਰਾਨ ਪੰਜਾਬ ਚ ਸਿੱਖਿਆ ਖੇਤਰ ਵਿੱਚ ਸੁਧਾਰਾਂ ਤੇ ਗੱਲਬਾਤ ਲਈ ਸਕੂਲ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨਾਲ ਮੀਟਿੰਗ ਲਈ ਸੱਦਾ ਭੇਜਿਆ ਹੈ ਇਹ ਮੀਟਿੰਗ 7 ਮਈ ਨੂੰ ਹੋਵੇਗੀ ਇਸ ਲਈ ਸਕੂਲ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਨੋਟਿਸ ਜਾਰੀ ਹੋਇਆ ਹੈ ਨੋਟਿਸ ਅਨੁਸਾਰ ਕੋਈ ਵੀ ਅਧਿਆਪਕ ਸ਼ਨੀਵਾਰ ਯਾਨੀ 7 ਮਈ ਨੂੰ ਛੁੱਟੀ ਨਹੀਂ ਲਵੇਗਾ ਜੇਕਰ ਕੋਈ ਅਧਿਆਪਕ ਜਾਂ ਪ੍ਰਿੰਸੀਪਲ 7 ਮਈ ਨੂੰ ਛੁੱਟੀ ਲੈਣਾ ਚਾਹੁੰਦਾ ਹੈ ਤਾਂ ਉਸ ਲਈ ਮੁੱਖ ਸਕੱਤਰ ਤੋਂ ਹੀ ਇਜਾਜ਼ਤ ਹੈ ਲੈਣੀ ਪਾਵੇਗੇ ਜੇਕਰ ਜੋਗਾ ਕਿ ਭਗਵਾਨ ਤਮਨ ਸਰਕਾਰ ਸਿੱਖਿਆ ਤੇ ਸਿਹਤ ਖੇਤਰਾਂ ਨੂੰ ਜ਼ਿਆਦਾ ਤਰਜੀਹ ਦੇ ਰਹੀ ਹੈ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਦੌਰੇ ਤੋਂ ਬਾਅਦ ਮਾਣ ਨੇ ਕਿਹਾ ਕਿ ਵਿਸ਼ੇ ਪਧਰੀ ਬੁਨਿਆਦੀ ਢਾਂਚੇ ਅਤੇ ਉੱਚ ਯੋਗਤਾ ਪ੍ਰਾਪਤ ਸਟਾਫ ਨਾਲ ਲੈਸ ਇਸ ਵਕਾਰੀ ਸਕੂਲ ਨੂੰ ਨਵੀਨਤਾ ਕਾਰਿਆ ਅਧਿਆਨ ਅਧਿਆਪਨ ਅਭਿਆਸਾਂ ਰਹੀ ਨੌਜਵਾਨਾਂ ਦੇ ਮਨਾਂ ਦੇ ਕੈਰੀਅਰ ਨੂੰ ਚਲਾਉਣ ਲਈ ਦੇਖਣਾ ਬਹੁਤ ਵਧੀਆ ਅਨੁਭਵ ਹੈ ਰਵਨੀਤ ਬਿੱਟੂ ਦਾ ਵੱਡਾ ਬਿਆਨ ਰਾਜਵਾਣਾਂ ਦੇ ਜੇਲ੍ਹੋਂ ਬਾਹਰ ਆਉਂਦੇ ਹੀ ਵਿਗੜੇਗਾ ਪੰਜਾਬ ਦਾ ਮਾਹੌਲ ਸਾਂਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਵਿੰਦੇ ਕਿਹਾ ਕਿ ਸਰਕਾਰ ਤੋਂ ਪੰਜਾਬ ਸੰਭਾਲਿਆ ਨਹੀਂ ਜਾ ਰਿਹਾ ਆਏ ਦਿਨ ਕਿਤੇ ਨਾ ਕਿਤੇ ਗੋਲੀਆਂ ਚੱਲ ਰਹੀਆਂ ਨੇ ਕਿਤੇ ਲੁੱਟ ਖੋਹ ਦੀਆਂ ਘਟਨਾਵਾਂ ਹੋ ਰਹੀਆਂ ਨੇ ਪੰਜਾਬ 'ਚ ਸ਼ਾਂਤੀ ਦਾ ਮਾਹੌਲ ਵਿਗੜ ਗਿਆ ਹੈ ਬੀਟੀ ਦੇਰ ਸ਼ਾਮ ਪਟਿਆਲਾ ਝੜਪ ਤੇ ਬੋਲਦੇ ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਅੱਜ ਤੱਕ ਪੰਜਾਬ ਚ ਕਿਸੇ ਵੀ ਮੰਦਰ ਤੇ ਹਮਲਾ ਨਹੀਂ ਹੋਇਆ ਆਮ ਆਦੀ ਪਾਰਟੀ ਸਰਕਾਰ ਬੰਦੇ ਹੀ ਪੰਜਾਬ ਚ ਮੰਦਰਾਂ ਤੇ ਹਮਲੇ ਸ਼ੁਰੂ ਹੋ ਗਏ ਨੇ ਧਾਰਮਿਕ ਸਥਾਨਾਂ ਤੇ ਅਜਿਹੇ ਹਮਲੇ ਕੀਤੇ ਨਾ ਕਿਤੇ ਸਰਕਾਰ ਨੂੰ ناکامی ਨੂੰ ਦਰਸਾਉਂਦੇ ਨੇ ਜੇ ਪੰਜਾਬ ਦਾ ਇਹੀ ਹਾਲ ਰਿਹਾ ਤਾਂ ਉਹ ਦੂਰ ਨਹੀਂ ਜਦੋਂ ਅਤਵਾਦ ਮੁੜ ਪੰਜਾਬ ਵੱਲ ਮੂੰਹ ਕਰ ਲਵੇਗਾ ਪੰਜਾਬ ਸ਼ਾਂਤੀ ਦਾ ਸੂਬਾ ਪੰਜਾਬ ਦੇ ਲੋਕ ਭਾਈਚਾਰਕ ਸਾਇਨ ਨੂੰ ਪਸੰਦ ਕਰਨ ਵਾਲੇ ਲੋਕ ਹਨ ਪਰ ਮੁਠੀ ਪਰ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜੇ ਬਲਵੰਤ ਸਿੰਘ ਰਾਜਵਾਨਾ ਜੇਲ੍ਹ ਤੋਂ ਬਾਹਰ ਆ ਕੇ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ ਆਤਵਾਦ ਇੱਕ ਵਾਰ ਫਿਰ ਸੱਚਕੇ ਮੰਦਰ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਦੇਸ਼ ਖਿਲਾਫ ਨਰੇਬਾਜੀ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਸਮੇਂ ਸਰ ਖਾਲਸਤਾ ਨੇ ਸਮਰਥਕ ਅਤੇ ਕਾਬੂ ਨਾ ਪਾਇਆ ਗਿਆ ਤਾਂ ਉਹਨਾਂ ਵਾਲੇ ਸਮੇਂ ਚ ਪੰਜਾਬ ਦੇ ਹਾਲਾਤ ਹੋਰ ਵਿਗੜ ਜਾਣਗੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਗਰਮੀ ਤੋਂ ਮਿਲੇਗੀ ਰਾਹਤ ਪੰਜਾਬ ਚ ਅਗਲੇ 2 ਦਿਨ ਮੀਂਹ ਤੇ ਧੂੜ ਭਰੀਆਂ ਹਵਾਵਾਂ ਚੱਲਣ ਦੇ ਆਸਾਰ ਭਿਆਨਕ ਗਰਮੀ ਦੀ ਮਾਰ ਚੱਲ ਰਹੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਧੂੜ ਭਰੀਆਂ ਹਵਾਵਾਂ ਚੱਲਣ ਤੇ ਬਦਲ ਵਾਏ ਰਹਿਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਤੂੜਪਰੀਆਂ ਨੇ ਰਹੀ ਤੇ ਤੇਜ਼ ਹਵਾਵਾਂ ਚੱਲਣ ਦੇ ਭਵਿੱਖ ਬਾਣੀ ਕੀਤੀ ਗਈ ਸੀ ਇਸ ਦੇ ਨਾਲ ਹੀ ਮੌਸਮ ਭਾਗ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਸੂਬੇ ਵਿੱਚ ਚੰਨੀਗੜ ਪਟਿਆਲਾ ਸੰਗਰੂਰ ਤੇ ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਕੁਝ ਗਰਮੀ ਤੋਂ ਕੁਝ ਰਾਹਤ ਮਿਲੀ ਪੰਜਾਬ ਵਿੱਚ ਸਵੇਰ ਤੋਂ ਹੀ ਤੂੜਪਰੀਆਂ ਹਵਾਵਾਂ ਚੱਲ ਰਹੀਆਂ ਨੇ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਇਸ ਦੇ ਨਾਲ ਹੀ ਮੌਸਮ ਭਾਗ ਵੱਲੋਂ ਸੂਬੇ ਵਿੱਚ ਤੂਫਾਨ ਆਉਣ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਮੌਸਮ ਪਾਗ ਨੂੰ ਸਾ ਸਰਗਰਮ ਪਛਮੀ ਗੜਬੜੀ ਕਾਰਨ ਮੌਸਮ ਵਿੱਚ ਬਦਲਾ ਆਇਆ ਤੇ ਇਸ ਬਦਲਾ ਦੇ ਤਹਿਤ ਅੱਜ ਵੀ ਮੌਸਮ ਅਜਿਹਾ ਹੀ ਰਹੇਗਾ ਇਸ ਤੋਂ ਇਲਾਵਾ ਭਾਰਤੀ ਮੌਸਮ ਪਾਗ ਨੂੰ ਅਨੁਸਾਰ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿੱਚ ਸੋਮਵਾਰ ਤੋਂ ਪਛਮੀ ਗੜਬੜੀ ਸਰਗਰਮ ਹੈ ਇਸ ਦਾ ਅਸਰ ਅਗਲੇ ਕੁਝ ਦਿਨਾਂ ਤੱਕ ਰਹੇਗਾ ਜਿਸ ਕਨ ਧੂੜ ਭਰੀਆਂ ਹਵਾਵਾਂ ਚੱਲਣਗੀਆਂ ਤੇ ਕੁਝ ਥਾਵਾਂ ਤੇ ਤੇਜ਼ ਹਵਾ 50 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀਆਂ ਨੇ ਪਛਮੀ ਗੜਬੜੀ ਕਾਰਨ ਹਿਮਾਚਲ ਪ੍ਰਦੇਸ਼ ਉੱਤਰਾਖੰਡ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਪੰਜਾਬ ਸਰਕਾਰ ਇਸ ਸਾਲ ਮੂੰਗੀ ਮੱਕੀ ਸੂਰਜਮੁਖੀ ਬਾਜਰੇ ਤੇ ਦੇਵੇਗੀ ਐਮਐਸਪੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਸਟੋਰਜ ਵੇਖਿਆ ਇੱਕ ਪ੍ਰੋਗਰਾਮ ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਸਾਲ ਮੂੰਗੀ ਮੱਕੀ ਸੂਰਜਮੁਖੀ ਬਾਜਰੇ ਤੇ ਘੱਟੋ-ਘੱਟ ਸਮਰਥਨ ਮੁੱਲ ਦੇਵੇਗੀ ਇਨ੍ਹਾਂ ਫਸਲਾਂ ਨੂੰ ਪੰਜਾਬ ਸਰਕਾਰ ਖਰੀਦੇਗੀ ਤੇ ਅੱਗੇ ਕਿਸੇ ਨੂੰ ਵੀ ਇਹ ਵੇਚੇਗੀ ਉਹਨਾਂ ਕਿ ਹਕੀਕਤ ਦੀ ਬਜਾਈ ਕਰਨ ਵਾਲੇ ਕਿਸਾਨਾਂ ਨਾਲ ਭਗਵੰਤ ਮਾਨ ਖੁਦ ਗੱਲਬਾਤ ਕਰ ਰਹੇ ਨੇ ਪੰਜਾਬ ਵਿੱਚ ਡੂੰਗਾ ਹੋਇਆ ਬਿਜਲੀ ਸੰਕਟ ਰੂਪਨਗਰ ਪੁਲਾੜ ਦਾ ਕਿਜਨਟ ਮੋੜ ਬੰਦ ਲੱਗ ਰਹੇ 4 ਤੋਂ 6 ਘੰਟੇ ਦੇ ਕੱਟ ਪੰਜਾਬ ਵਿੱਚ ਇੱਕ ਵਾਰ ਫਿਰ ਬਿਜਲੀ ਸੰਕਟ ਡੂੰਗਾ ਹੋ ਗਿਆ ਜਿਸ ਸਥਿਤੀ ਹੈ ਕਿ ਕਈ ਸ਼ਹਿਰਾਂ ਵਿੱਚ 4 ਤੋਂ 6 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਨੇ ਮੰਗ ਦੇ ਮੁਕਾਬਲੇ 'ਚ ਬਿਜਲੀ ਦੇ ਕੱਟ ਉਪਲਬਧਤਾ ਦੇ ਸੰਕਟ ਨਾਲ ਨਜਿੱਟ ਰਹੇ ਪਾਵਰ ਕਾਮ ਲਈ ਸੂਵਾਨ ਸਥਿਤੀ ਮਿਲੀ ਜੁੜੀ ਰਹੀ ਜਿੱਥੇ ਲਹਿਰਾ ਮੁਹੱਬਤ ਟਰਨ ਪੁਲਾੜ ਦੇ ਖਰਾਬ ਯੂਨਿਟ ਨੂੰ ਮੁਰੰਮਤ ਕਰਕੇ ਮੁੜ ਚਾਲੂ ਕੀਤਾ ਗਿਆ ਇਸ ਯੂਨਿਟ ਦੇ ਚੱਲ ਹੋਣ ਤੋਂ ਬਾਅਦ ਪਾਵਰ ਕਾਮ ਨੂੰ ਇਸ ਤੋਂ 179 ਮੈਗਾਵਾਟ ਬਿਜਲੀ ਮਿਲੀ ਅਸ ਦਿਨ ਨਾਲ ਹੀ ਰੂਪਨਗਰ ਥਰਮਲ ਪਲਾਂਟ ਦਾ ਪੰਜਵਾਂ ਯੂਨਿਟ ਜੋ 2 ਦਿਨ ਪਹਿਲਾਂ ਚੱਲਿਆ ਸੀ ਉਹ ਮੋੜ ਬੰਦ ਹੋ ਗਿਆ ਇਸ ਯੂਨਿਟ ਦੇ ਬੰਦ ਹੋਣ ਕਰਕੇ 150 ਤੋਂ 160 ਮੈਗਾਵਾਟ ਬਿਜਲੀ ਦਾ ਉਤਪਾਦਨ ਕੱਟ ਗਿਆ ਜੇ ਸੋਮਵਾਰ ਨੂੰ ਪਾਵਰਕਾਮ ਸਵੇਰੇ ਚ ਕਰੀਬ 10670 ਮੈਗਾਵਾਟ ਦੀ ਮੰਗ ਦੇ ਮੁਕਾਬਲੇ ਸਿਰਫ 9100 ਮੈਗਾਵਾਟ ਬਿਜਲੀ ਹੀ ਮੁਹੱਈਆ ਕਰਵਾ ਸਕੇ ਇਸ ਕਰਕੇ ਸਵੇਰੇ ਵਿੱਚ ਸ਼ਹਿਰੀ ਅਤੇ ਪਿੰਡੂ ਖੇਤਰਾ ਵਿੱਚ ਅਣਐਲਾਨੇ ਬਿਜਲੀ ਕੱਟ ਲਾਉਣੇ ਪਏ ਤੇ ਪਾਵਰਕਾਮ ਦੇ ਸਾਹਮਣੇ ਅਗਲੇ ਕੁਝ ਦਿਨਾਂ ਤੋਂ ਬਿਜਲੀ ਸੰਕਟ ਖੜਾ ਹੋ ਗਿਆ ਹੈ ਮਹਿੰਗਾਈ ਤੋਂ ਥੋੜੀ ਰਾਹਤ ਸਰਵੇਆ ਤੇਲ ਹੋਇਆ ਸਵਾਸਤਾ ਸੂਯਬੀਨ ਤੇਲ ਦੀਆਂ ਕੀਮਤਾਂ ਵੀ ਡਿੱਗੀਆਂ ਜਾਣ 1 ਲੀਟਰ ਤੇਲ ਦੀ ਤਾਜ਼ਾ ਕੀਮਤ ਦੋਸਤੋ ਗੱਲ ਕਰੀਏ ਤੇਲ ਦੀ ਤਾਂ ਗਲੋਬਲ ਮਾਰਕੀਟ ਵਿੱਚ ਗਰਾਉਟ ਕਰਨ ਭਾਰਤੀ ਬਾਜ਼ਾਰ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਜੇ ਦਿੱਲੀ ਦੇ ਤੇਲ ਬੀਜ ਬਾਜ਼ਾਰ ਚ ਅਜ ਸਰਸੋਆ ਸੋਇਆਬੀਨ ਸੀਪੀਓ ਅਤੇ ਪਾਮੋਲਿਨ ਤੇ ਕਪਾਹ ਸਮੇਤ ਕਈ ਤੇਲ ਦੀਆਂ ਵਿੱਚ ਗਰਾਉਟ ਦੇਖਣ ਨੂੰ ਮਿਲੀ ਹੈ ਜਦੇ ਨਾਲ ਹੀ ਕੁਝ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਮਹਰਾ ਮੁਤਾਬਕ ਮਲੇਸ਼ੀਆ ਐਕਸਚੇਂਜ ਚ 4 ਮਈ ਤੱਕ ਕੋਈ ਵਪਾਰ ਨਹੀਂ ਹੋਵੇਗਾ ਇਸ ਦੇ ਨਾਲ ਹੀ ਸ਼ਿਕਾਗੋ ਐਕਸਚੇਂਜ ਚ 3.5 ਫੀਸਦੀ ਗਿਰਾਵਟ ਦੇਖਣ ਨੂੰ ਮਿਲੀ ਸੂਤਰਾਂ ਨੇ ਦੱਸਿਆ ਕਿ ਬਾਜ਼ਾਰ ਚ ਖਾਣ ਵਾਲੇ ਤੇਲਾਂ ਦੀ ਮੰਗ ਕਮਜ਼ੋਰ ਹੈ ਜਿਸ ਕਾਰਨ ਕਾਰੋਬਾਰ ਵਿੱਚ ਗਿਰਾਵਟ ਆਈ ਹੈ ਸਰੋਂ ਦੀ ਆਮਦ ਪਿਛਲੇ ਹਫ਼ਤੇ ਕਰੀਬ 7 ਲੱਖ ਬੋਰੀਆਂ ਤੋਂ ਘਟ ਕੇ 1.5 ਲੱਖ ਬੋਰੀਆਂ ਰਹਿ ਗਈਆਂ ਪਰ ਮੰਗ ਕਮਜ਼ੋਰ ਹੋਣ ਕਣ ਸਰੋਂ ਦੇ ਤੇਲ ਬੀਜਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੱਜ ਕੀਤੀ ਗਈ ਹੈ ਸਰੋਂ ਦੇ ਤੇਲ ਵੀ ਜਿਹੜਾ ਹੈਗਾ ਜੀ 7790 ਤੋਂ 7840 ਰੁਪਏ ਪ੍ਰਤੀ ਕੁਆਂਟਲ ਵੇਚ ਰਿਹਾ ਜੀ ਮੂੰਗੀ ਦਾ ਜਿਹੜਾ ਵੀ ਹੈਗਾ ਮੂੰਗੀ ਦਾ ਤੇਲ ਹੈਗਾ ਜੀ 7160 ਰੁਪਏ ਤੋਂ ਜਿਹੜਾ ਹੈਗਾ 7295 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕ ਰਿਹਾ ਹੈ ਤੇ ਮੂੰਗੀ ਤੇ ਤੇਲ ਮਿਲਦੀ ਡਿਲੀਵਰੀ ਜਿਹੜੀ ਹੈਗੀ ਹੈ ਜੀ 16550 ਰੁਪਏ ਪ੍ਰਤੀ ਕੁਆਂਟਲ ਦੱਸੀ ਜਾ ਰਹੀ ਹੈ ਤੇ ਮੂੰਗਫਲੀ ਕੋਲਣ ਵਾਲਾ ਰਿਫਾਈਨ ਤੇਲ ਜਿਹੜਾ 2735 ਰੁਪਏ ਤੋਂ 2925 ਰੁਪਏ ਪ੍ਰਤੀ ਟ੍ਰੈਕ ਜਿਹੜਾ ਵਿਕ ਰਿਹਾ ਹੈ ਸਰਕਾਰ ਬੰਦ ਕਰੇਗੀ ਫਾਸਟ ਟੈਕ ਨੈਵੀਗੇਸ਼ਨ ਸਿਸਟਮ ਤੋਂ ਵਸੂਲਿਆ ਜਾਵੇਗਾ ਟੋਲ ਟੈਕਸ ਦੋਸਤੋ ਹਾਈਵੇ ਤੇ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ ਜੀ ਕਿਉਂਕਿ ਹੁਣ ਸਰਕਾਰ ਨੈਵੀਗੇਸ਼ਨ ਤੋਂ ਟੋਲ ਵਸੂਲਣ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਲੀ ਹੈ ਇਸ ਨਾਲ ਬਲਕ ਵਿੱਚ ਟੈਕਸ ਕਟੌਤੀ ਤੋਂ ਛੁਟਕਾਰਾ ਮਿਲੇਗਾ ਜਾਣਕਾਰੀ ਮੁਤਾਬਕ ਸਰਕਾਰ ਜਲਦੀ ਹੀ ਫਾਸਟ ਟੈਕ ਨੂੰ ਖਤਮ ਕਰੇਗੇ ਹੁਣ ਜੀਪੀਐਸ ਦੇ ਮੁਤਾਬਕ ਤੁਹਾਡੇ ਖਾਤੇ ਚੋਂਨੇ ਹੀ ਪੈਸੇ ਕੱਟੇ ਜਾਣਗੇ ਜਿੰਨਾ ਸਫਰ ਹੋਵੇਗਾ ਪੀਐਨਬੀ ਨੇ ਕੱਢੀਆਂ 145 ਭਾਰਤੀਆਂ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 7 ਮਈ ਛੇਤੀ ਕਰੋ ਅਪਲਾਈ ਪਬਲਿਕ ਸੈਕਟਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ 145 ਅਸਾਮੀਆਂ ਦੀਆਂ ਭਾਰਤੀਆਂ ਕੱਢੀਆਂ ਨੇ ਜਿਨ੍ਹਾਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਨੇ ਇਸ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 7 ਮਈ ਹੈ ਨੌਕਰੀ ਕਰਨ ਦੇ ਚਾਹਵਨ ਉਮੀਦਵਾਰਾਂ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰਤ ਵੈਬਸਾਈਟ ਪੀ ਐਨ ਬੀ ਇੰਡੀਆ .in ਤੇ ਜਾ ਕੇ ਅਪਲਾਈ ਕਰ ਸਕਦੇ ਨੇ ਪੀ ਐਨ ਬੀ ਮੈਨੇਜਰ ਰਿਸਕ ਦੀਆਂ 40 ਅਸਾਮੀਆਂ ਮੈਨੇਜਰ ਕ੍ਰੈਡਿਟਰ ਦੀਆਂ 100 ਅਸਾਮੀਆਂ ਤੇ ਸੀਨੀਅਰ ਮੈਨੇਜਰ ਦੀਆਂ 5 ਅਸਾਮੀਆਂ ਤੇ ਭਰਤੀ ਕਰੇਗਾ ਇਸ ਲਈ ਅਹਿਮ ਵੇਰਵੇ ਹੇਠਾਂ ਦਿੱਤੇ ਨੇ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 7 ਮਈ ਹੈ ਜੀ ਤੇ ਆਨਲਾਈਨ ਪ੍ਰੀਖਿਆ ਦੀ ਮਿਤੀ 12 ਜੂਨ 2022 ਹੈ ਵਿੱਦਿਆਕ ਯੋਗਤਾ ਹੈ ਕਿ ਜੀ ਵਾਕੋ ਕੇ ਸਮੇਲ ਲੋੜੀ ਦੀਆਂ ਵਿਦਿਆਕ ਯੋਗਤਾਵਾਂ ਵੱਖਰੀਆਂ ਵੱਖਰੀਆਂ ਹਨ ਵਾਕ ਵਾਕ ਦੇ ਸਮੇਲ ਲਈ ਅਰਜੀ ਦੇਣ ਤੋਂ ਵਾਲੇ ਉਮੀਦਵਾਰ ਇਸ ਲਈ ਵੈਬਸਾਈਟ ਤੇ ਅਧਿਕਾਰਿਤ ਨੋਟੀਫਿਕੇਸ਼ਨ ਦੇਖ ਸਕਦੇ ਨੇ ਉਮਰ ਸੀਮਾ ਹੈਗੀ ਹੈ ਜੀ 25 ਤੋਂ 35 ਸਾਲ ਐਪਲੀਕੇਸ਼ਨ ਫੀਸ ਹੈਗੀ ਹੈ ਜੀ ਐਸਸੀ ਐਸਟੀ ਅਤੇ ਪੀ ਡਬਲਯੂ ਡੀ ਲਈ 50 ਰੁਪਏ ਪ੍ਰਤੀ ਉਮੀਦਵਾਰ ਪਲੱਸ ਜੀਐਸਟੀ ਹੋਰ ਸਾਰੇ ਉਮੀਦਵਾਰਾਂ ਲਈ 850 ਰੁਪਏ ਪ੍ਰਤੀ ਉਮੀਦਵਾਰ ਪਲੱਸ ਜੀਐਸਟੀ ਚੋਣ ਪ੍ਰਕਿਰਿਆ ਆਨਲਾਈਨ ਟੈਸਟ ਰਾਹੀਂ ਹੋਵੇਗੀ ਖੁਸ਼ਖਬਰੀ ਪੰਜਾਬ ਚ ਮਿਲਣਗੀਆਂ ਸਰਕਾਰੀ ਨੌਕਰੀਆਂ ਜਾਣੋ ਕਿ ਇਸ ਵਿਭਾਗ ਵਿੱਚ ਕਿੰਨੀਆਂ ਅਸਾਮੀਆਂ ਪੰਜਾਬ ਚ ਜਲਦ ਹੀ ਸਰਕਾਰੀ ਨੌਕਰੀਆਂ ਮਿਲਣ ਜਾਣ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ ਚ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ 26454 ਅਸਾਮੀਆਂ ਨੂੰ ਭਰਨ ਲਈ ਹਰੀ ਚੰਡੀ ਦੇ ਦਿੱਤੀ ਗਈ ਹੈ ਇਸ ਭਰਤੀ ਦੀ ਪ੍ਰਕਿਰਿਆ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਹਾਸਲ ਜਾਣਕਾਰੀ ਮੁਤਾਬਕ ਸਰਕਾਰ ਨੇ ਗ੍ਰਹਿ ਮੰਤਰਾਲੇ ਤੇ ਨਿਆਂ ਤੇ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਵੱਧ ਅਸਾਮੀਆਂ ਭਰਨ ਨੂੰ ਤਰਜੀਹ ਦਿੱਤੀ ਹੈ ਗ੍ਰਾਮ ਮਾਮਲੇ ਤੇ ਨਿਆਯ ਪਾਗ ਵਿੱਚ 10475 ਸਕੂਲੀ ਸਿੱਖਿਆ ਵਿੱਚ 452 ਬੀਲੇ ਪਾਗ ਵਿੱਚ 1690 ਤੇ ਸਿਹਤ ਦੇ ਪਰਿਵਾਰ ਭਲਾਈ ਵਿੱਚ 2187 ਪਿੰਡ ਵਿਕਾਸ ਤੇ ਪੰਚਾਇਤਾਂ ਵਿੱਚ 803 ਸਹਿਕਾਰਤਾ ਤੇ ਸਹਿਕਾਰਤਾ ਵਿੱਚ 770 ਤੇ ਤਕਨੀਕੀ ਸਿੱਖਿਆ ਵਿੱਚ 999 ਅਸਾਮੀਆਂ ਭਰੀਆਂ ਜਾਣਗੀਆਂ ਇਸ ਤੋਂ ਇਲਾਵਾ ਬਖੇਤੀ ਬਾੜੀ ਪਾਗ ਵਿੱਚ 67 ਪਸ਼ੂ ਪਾਲਣ ਵਿੱਚ 218 ਕਾਰ ਅਤੇ ਆਪਕਾਰੀ ਨੀਤੀ ਚ 338 ਵਿੱਤ ਭਾਗ ਦੇ 446 ਜੰਗਲਾਤ ਵਿੱਚ 204 ਉਚੇਰੀ ਸਿੱਖਿਆ ਤੇ ਪਾਠਸ਼ਾਲਾ ਵਿੱਚ 210 ਕੁਰੇਲੂ ਅਤੇ ਸ਼ਹਿਰੀ ਵਿਕਾਸ ਵਿੱਚ 235 ਥਾਨਕ ਸਰਕਾਰਾਂ ਵਿੱਚ 547 ਮੈਡੀਕਲ ਸਿੱਖਿਆ ਤੇ ਖੁਰ ਵਿੱਚ 275 ਯੋਜਨਾ ਬਣਦੀ ਤੇ 16 ਜੇਲ੍ਹਾਂ ਵਿੱਚ 9 ਮਾਲ ਮੁੜ ਵਸੇਬਾ ਤੇ ਆਫਤ ਪ੍ਰਮੰਡਨ ਵਿੱਚ 8 ਵਿਗਿਆਨ ਤਕਨੀਕ ਤੇ ਵਾਤਾਵਰਨ ਵਿੱਚ 123 ਸਮਾਜਿਕ ਨੇਾਂ ਚ 30 ਸਮਾਜਿਕ ਸੁਰੱਖਿਆ ਵਿੱਚ 82 ਤੇ ਜਲ ਸਪਲਾਈ ਚ ਜਲ ਸਪਲਾਈ ਤੇ ਸੈਟੇਸ਼ਨ ਵਿਭਾਗ ਵੱਲੋਂ 154 ਖਾਲੀ ਜ਼ਮੀਨਾਂ ਨੂੰ ਪਰਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅਡਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖਬਰ ਪਟਵਾਰੀਆਂ ਤੇ ਕਨਗਵਾਨੀ ਕੀਤਾ ਇਹ ਐਲਾਨ। ਦੋਸਤੋ ਸੂਬੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਸੂਬੇ ਭਰ ਦੇ ਪਟਵਾਰੀਆਂ ਤੇ ਕਨਗਵਾਨੀ ਇੱਕ ਵੱਡਾ ਐਲਾਨ ਕੀਤਾ ਦੱਸਿਆ ਜਾ ਰਿਹਾ ਹੈ ਕਿ ਸੂਬੇ ਭਰ ਦੇ ਸਮੂਹ ਪਟਵਾਰੀ ਤੇ ਕਨਗੋ 4 ਤੋਂ 6 ਮਈ ਤੱਕ ਸਮੂਹਿਕ ਛੁੱਟੀ ਤੇ ਰਹਿਣਗੇ ਇਹਦੇ ਨਾਲ ਹੀ ਉਹਨਾਂ ਨੇ 9 ਤੋਂ 15 ਮਈ ਤੱਕ ਛੁੱਟੀ ਤੇ ਜਾਣ ਦਾ ਐਲਾਨ ਕਰ ਦਿੱਤਾ ਪਟਵਾਰੀਆਂ ਤੇ ਕਨਗਵਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸ਼ੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਨੇ ਉਹਨਾਂ ਆਪਣੇ ਸਾਥੀ ਤੇ ਦਰਸੰਗ ਖਿਲਾਫ ਦਰਜ ਦਰਜ ਕੀਤਾ ਪਰ 15 ਮਈ ਤੱਕ ਵਾਪਸ ਲੈਣ ਦੀ ਮੰਗ ਕੀਤੀ ਹੈ ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਪੰਜਾਬ ਸਰਕਾਰ ਨੇ ਕੋਵਿਡ ਕਾਰਨ ਬੰਦ ਕੀਤੀ ਸਹੂਲਤ ਮੁੜ ਕੀਤੀ ਸ਼ੁਰੂ ਦੋਸਤੋ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਹੈ ਜੀ ਪੰਜਾਬ ਸਰਕਾਰ ਨੇ ਐਕਸ ਇੰਡੀਆ ਲੀਵ ਤੋਂ ਬੈਨ ਹਟਾ ਦਿੱਤਾ ਹੈ ਪਰਸੋਨਲ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਜਾਰੀ ਇੱਕ ਪੱਤਰ ਅਨੁਸਾਰ 6 ਮਾਰਚ 2020 ਨੂੰ ਐਕਸ ਇੰਡੀਆ ਲੀਵ ਤੇ ਲੱਗੀ ਛੋਟ ਨੂੰ ਰੋਕ ਨੂੰ ਸ਼ਰਤਾਂ ਸਮੇਤ ਹਟਾ ਲਿਆ ਹੈ ਪੱਤਰ ਅਨੁਸਾਰ ਕੋਵਿਡ ਮਹਾਮਾਰੀ ਦੀ ਬਦਲਦੀ ਪ੍ਰਕਿਰਤੀ ਦੇ ਮੱਦੇਨਜ਼ਰ ਐਕਸ ਇੰਡੀਆ ਲੀਵ ਤੇ ਜਾਣ ਲਈ ਮੁਲਾਜ਼ਮਾਂ ਅਧਿਕਾਰੀਆਂ ਕੋਲ ਫੁੱਲੀ ਵੈਕਸੀਨੇਟਡ ਸਰਟੀਫਿਕੇਟ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ ਬਾਹਰੀ ਦੇਸ਼ਾਂ ਤੋਂ ਵਾਪਸੀ ਵੇਲੇ ਪੰਜਾਬ ਸਰਕਾਰ ਦੇ ਅਧਿਕਾਰੀ ਮੁਲਾਜ਼ਮ ਉਸ ਸਮੇਂ ਵੇਦੀਆਂ ਭਾਰਤ ਸਰਕਾਰ ਦੀਆਂ ਕਮਾਂਤਰੀ ਯਾਤਰੀਆਂ ਤੇ ਲਾਗੂ ਗਾਈਡਲਾਈਨਸ ਪ੍ਰੋਟੋਕੋਲ ਦੀ ਪਾਲਣਾ ਕਰਨਾ ਯਕੀਨੀ ਬਣਾਉਣਾ ਵੱਡੀ ਖਬਰ ਸਕੂਲਾਂ 'ਚ ਹੁਣ ਤੀਜੀ ਪੰਜਵੀਂ ਅਤੇ ਅੱਠਵੀਂ ਦੀ ਵੀ ਹੋਵੇਗੀ ਬੋਰਡ ਵਾਂਗ ਪ੍ਰੀਖਿਆ ਦੋਸਤੋ ਸਕੂਲੀ ਸਿੱਖਿਆ ਦੀ ਗੁਣਵੱਤਾ ਨੂੰ ਮਜ਼ਬੂਤੀ ਦੇਣ ਸਮੇਤ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹਰ ਪੱਧਰ 'ਤੇ ਆਂਕਣ ਲਈ ਕੇਂਦਰ ਸệਤੀ ਹੀ ਕੁਝ ਹੋਰ ਵੱਡੇ ਕਦਮ ਚੁੱਕ ਸਕਦੀ ਹੈ ਤੀਜੀ ਪੰਜਵੀਂ ਅਤੇ ਅੱਠਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੀ ਵੀ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਵਾਂਗ ਹੀ ਕਰਾਈਆਂ ਜਾ ਸਕਦੀਆਂ ਨੇ ਫਿਲਹਾਲ ਇਹ ਬੋਰਡ ਪ੍ਰੀਖਿਆ ਨਹੀਂ ਹੋਵੇਗੀ ਬਲਕਿ ਉਸ ਦੇ ਵਾਂਗ ਹੋਵੇਗੀ ਇਨਾਂ ਦਾ ਆਯੋਜਨ ਵੀ ਖੇਤਰੀ ਪੱਧਰ ਤੇ ਕਿਸੇ ਉਚਿਤ ਅਥਾਰਟੀ ਦੀ ਦੇਖਰੇਖ ਵਿੱਚ ਹੋਵੇਗੀ। ਕੇਂਦਰੀ ਸੂਬਿਆਂ ਨਾਲ ਵਿਆਪਕ ਚਰਚਾ ਸ਼ੁਰੂ ਕਰ ਚੁੱਕਿਆ ਹੈ। ਕਈ ਸੂਬਿਆਂ ਚ ਪਹਿਲਾਂ ਵੀ 5ਵੇਂ ਤੇ 8ਵੇਂ ਦੇ ਪੱਧਰ ਤੇ ਅਜਿਹੀਆਂ ਪ੍ਰੀਖਿਆਵਾਂ ਹੁੰਦੀਆਂ ਨੇ। ਹਾਲਾਂਕਿ ਇਸ ਸਾਲ 2009 ਚ ਸਿੱਖਿਆ ਦਾ ਅਧਿਕਾਰ ਕਾਨੂੰਨ ਆਉਣ ਤੋਂ ਬਾਅਦ ਇਹ ਵਿਵਸਥਾ ਬੰਦ ਹੋ ਗਈ ਕਿਉਂਕਿ ਇਸ ਕਾਨੂੰਨ ਤਹਿਤ 8ਵੀਂ ਤੱਕ ਕਿਸੇ ਵਿਦਿਆਰਥੀ ਨੂੰ ਫੇਲ ਨਹੀਂ ਕੀਤਾ ਜਾ ਸਕਦਾ ਸੀ। ਪਰ ਹੁਣ ਜਿਹੜਾ ਤੀਜੀ ਕਲਾਸ ਵੀ ਬੋਰਡ ਦੀ ਹੋਵੇਗੀ ਜਾਨਕਿ ਬੋਰਡ ਦੀ ਨਹੀਂ ਹੋਵੇਗੀ ਉਸ ਵਾਂਗ ਪੇਪਰ ਲੈ ਜਾਣਗੇ ਕਿਸਾਨਾਂ ਤੋਂ 1.5 ਰੁਪਏ ਕਿਲੋ ਦੇ ਹਿਸਾਬ ਨਾਲ ਗਾਂ ਦਾ ਗੋਹਾ ਖਰੀਦੇਗੀ ਸਰਕਾਰ ਦੋ ਤਰਪਦੇਸ਼ ਦੇ ਪਸ਼ੂ ਪਾਲਨ ਦੇ ਦੁੱਧ ਵਿਕਾਸ ਮੰਤਰੀ ਧਰਮਪਾਲ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਰਾਜ ਵਿੱਚ ਜਲਦੀ ਹੀ ਗਾਂ ਦੇ ਗੋਹੇ ਤੋਂ ਸੀਐਨਜੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੀਐਨਜੀ ਬਣਾਉਣ ਵਾਸਤੇ ਕਿਸਾਨਾਂ ਤੋਂ 1.5 ਰੁਪਏ ਕਿਲੋ ਦੇ ਹਿਸਾਬ ਨਾਲ ਗੋਹਾ ਖਰੀਦਾ ਜਾਵੇਗਾ ਉਹਨਾਂ ਦਾ ਇਹ ਵੀ ਦੱਸਿਆ ਕਿ ਇਸ ਪ੍ਰੋਜੈਕਟ ਲਈ ਬਰੇਲੀ ਨੂੰ ਮਾਡਲ ਵਜੋਂ ਚੁਣਿਆ ਗਿਆ ਹੈ ਬਰੇਲੀ ਵਿਕਾਸ ਪੌਰ ਦੇਖੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਪਾਲ ਸਿੰਘ ਨੇ ਦਾਵਾ ਕੀਤਾ ਕਿ ਇੱਕ ਸਾਲ ਦੇ ਅੰਦਰ-ਅੰਦਰ ਸੂਬੇ ਦੀਆਂ ਸੜਕਾਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਪਸ਼ੂਆਂ ਦੇ ਵੜਨ ਦੀ ਸਮੱਸਿਆ ਖਤਮ ਹੋ ਜਾਵੇਗੀ ਦੱਸਦੇ ਕਿ ਹਾਲ ਹੀ ਵਿੱਚ ਸੰਪੰਨ ਹੋਈਆਂ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਅਵਾਰਾ ਪਸ਼ੂ ਇੱਕ ਵੱਡਾ ਚੋਣ ਮੁੱਦਾ ਰਿਹਾ ਸੀ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਚੋਣ ਪਰਚਾਦਿਆਂ ਯੋਗੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ ਇਸ ਸਮੱਸਿਆ ਦਾ ਨੋਟਿਸ ਲੈਂਦੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਚੋਣ ਰੈਲੀ ਦੌਰਾਨ ਕਿਹਾ ਸੀ ਕਿ ਅਵਾਰਾ ਪਸ਼ੂਆਂ ਕਾਰਨ ਸੂਬੇ ਦੇ ਸੂਬੇ ਦੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤਾ ਦੋਸਤੋ ਇਸsingੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵਡੀਆਂ ਖਬਰਾਂ ਦੋਸਤੋ ਸਾਰੇ ਦੌਰਾਨ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਨਾਲ ਹੀ ਜਾਣਕਾਰੀ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਤਾਂ ਤੱਕ ਸ਼ੇਅਰ ਜ਼ਰੂਰ ਕਰਨਾ ਤੇ ਅਸੀਂ ਮਿਲਦੇ ਹਾਂ ਜੀ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ